ਜੋ ਪੰਜਾਬ ਸਰਕਾਰ ਨੇ ਖੇਤੀ ਕਾਨੂੰਨ ਵਿਰੁੱਧ ਮਤਾ ਪਾਸ ਕੀਤਾ ਉਹਦੇ ਸਬੰਧ ਦੇ ਵਿੱਚ ਜੋ ਇਹਨਾਂ ਨੇ ਕਿਹਾ ਵੀ ਵਪਾਰੀ 3 ਸਾਲ ਦੀ ਸਜ਼ਾ ਹੋਊ ਵਪਾਰੀ ਨੂੰ ਜਿਹੜਾ ਘੱਟ ਰੇਟ ਤੇ ਖਰੀਦੂ ਉਹ ਕਾਨੂੰਨ ਜੇ ਬਣਦੇ ਆ ਤਾਂ ਵਧੀਆ ਹੈਗਾ ਪਰ ਉਹ ਜੇ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਜੇ ਕਾਨੂੰਨ ਲਾਗੂ ਕਰਦੇ ਨੇ ਤਾਂ ਵਧੀਆ ਨਹੀਂ ਇਹ ਕੋਈ ਵਧੀਆ ਕਾਨੂੰਨ ਨਹੀਂ ਹੈਗਾ ਜਿੰਨਾ ਚਿਰ ਲਾਗੂ ਨਹੀਂ ਕਰਦੇ ਤੁਹਾਨੂੰ ਸਰਕਾਰ ਦਾ ਦੱਸ ਦਈਏ ਸਰਕਾਰ ਨਕੰਮੀਆਂ ਸਰਕਾਰਾਂ ਨੇ ਇਹਨਾਂ ਨੇ ਮਤੇ ਮੁਤੇ ਭਵਾਂਦੀ ਪਾ ਲਏ ਮਤਿਆਂ ਦੇ ਵਿੱਚੋਂ ਨਿਕਲਣਾ ਇਹਨਾਂ ਦੇ ਵਿੱਚੋਂ ਕੁਛ ਨਹੀਂ ਡੱਕਾ ਵੀ ਨਹੀਂ ਨਿਕਲਦਾ ਹੈਗਾ ਹੁਣ ਗੱਲ ਕਰ ਲਈਏ ਨੇ ਸਰਕਾਰ ਦੀ ਪਿਛਲੇ ਦਿਨਾਂ ਦੀ ਦੱਸ ਦਈਏ ਚੋਣ ਮੈਨੀਫੈਸਟੋ ਦੇ ਵਿੱਚ ਬਾਸੀ ਕਰਜ਼ਾ ਕੁਰਕੀ ਖਤਮ ਪੈਣੀ ਦੀ ਪੂਰੀ ਰਕਮ ਕਿੱਥੇ ਗਈ ਉਹ ਮਤੇ ਵੀ ਪਏ ਵੇ ਨੇਗੇ ਉਹਦੇ ਵਿੱਚੋਂ ਵੀ ਰੱਦ ਹੋਏ ਨੇ ਫੇਲ ਹੋਏ ਨੇਗੇ ਫਿਰ ਹੋਰ ਨਸ਼ੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਉਹ ਕਿਹੜਾ ਪੰਜਾਬ ਹੈ ਜਿਹੜਾ ਨਸ਼ਿਆਂ ਤੋਂ ਮੁਕਤ ਕਰਤਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ ਉਹ ਕਿੱਥੇ ਹੈ ਹੁਣ ਗੱਲ ਕਰ ਰਹੇ ਨੇ NSP ਦੀ ਉਹਦੀ ਜਿਹੜੀ ਇਹ ਗੱਲ ਕਰ ਰਹੇ ਨੇ ਉਹਦੇ ਵਿੱਚ ਵੀ ਇਹ ਫੇਲ ਹੋਣਗੇ ਭਮਾ ਦੀ ਹੁਣ ਕਹਿਤਾ ਵੀ ਅਸੀਂ 3 ਸਾਲ ਦੀ ਸਜ਼ਾ ਕਰਾਂਗੇ ਜਿਹੜਾ NSP ਤੋਂ ਘੱਟ ਰੇਟ ਦੇ ਉੱਤੇ ਖਰੀਦੂਗਾ ਵਪਾਰੀ ਕੋਈ ਇਹਨਾਂ ਨੇ ਕੁਛ ਨਹੀਂ ਕਰਨਾ ਇਹਨਾਂ ਨੇ ਵੋਟਾਂ ਲੈਣੀਆਂ ਮੂਹਰੇ 2022 ਦਿਸਦਾ ਹੈ ਉਹਦੇ ਕਰਕੇ ਇਹ ਕੁਛ ਨਾ ਕੁਛ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਦਿੰਦੇ ਨੇਗੇ ਮਿੱਠੀਆਂ ਗੋਲੀਆਂ ਦੇਣ ਤੋਂ ਹੋਰਾਂ ਇਹਨਾਂ ਕੋਲੇ ਸਵਾਇਆ ਡੱਕਾ ਨਹੀਂ ਹੈਗਾ ਸਰਕਾਰਾਂ ਇਹਨਾਂ ਗੱਲਾਂ ਦੇ ਉੱਤੋਂ ਫੇਲ ਨਿਕਲੀਆਂ ਅਸੀਂ ਕਹਿੰਦੇ ਨਕੰਮੀਆਂ ਹੋ ਚੁੱਕੀਆਂ ਸਰਕਾਰਾਂ ਦੇ ਝੂਠੇ ਲਾ ਰਹੇ ਨੇ ਕੋਈ ਕੁਛ ਨਹੀਂ ਕਰਦਾ ਤੇ ਉਦੋਂ ਸਰਕਾਰ ਕਿੱਥੇ ਗਈ ਸੀ ਜਦੋਂ ਕਿਸਾਨ ਦੀ ਪਹਿਲਾਂ ਲੁੱਟ ਹੁੰਦੀ ਸੀ ਇਹ ਕਿਸਾਨ ਸਾਡੇ ਇਹ ਸਰਕਾਰ ਸਾਡੇ ਵਾਸਤੇ ਕੁਛ ਨਹੀਂ ਕਰਦੀ ਕਿਸਾਨ ਹੱਕ ਲੈਣਗੇ ਤਾਂ ਉਹਦੇ ਲੜਕੇ ਲੈਣਗੇ ਸਾਰੇ ਹੱਕ ਲੈ ਕੇ ਰਹਾਂਗੇ ਪਹਿਲਾਂ ਵੀ ਲੈਂਦੇ ਰਹੇ ਹੁਣ ਵੀ ਲੈਂਦੇ ਰਹਾਂਗੇ ਇਹਨਾਂ ਸਾਡੀ ਸੰਗੀ ਘੁੱਟਦੇ ਨੇ ਪਰ ਅਸੀਂ ਹੁਣ ਘੁੱਟਣ ਨਹੀਂ ਦੇਣੀ ਹੁਣ ਸਾਨੂੰ ਪਤਾ ਲੱਗ ਗਿਆ ਨੌਜਵਾਨ ਪੀੜ੍ਹੀ ਜਾਗ ਪਈ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਵੀ ਸਰਕਾਰ ਉਦੋਂ ਕਿੱਥੇ ਸੁੱਤੀ ਪਈ ਸੀ ਜਦੋਂ ਇਹ ਕਾਨੂੰਨਾਂ ਤੇ ਸਾਈਨ ਕਰੇ ਨੇ ਜਾਂ ਇਹ ਕਾਨੂੰਨ ਲਾਗੂ ਕਰੇ ਨੇ ਹੁਣ ਅੱਜ ਇਹ ਕਿਸਾਨ ਕਹਿੰਦੇ ਨੇ ਵੋਟਾਂ ਵਾਲੇ ਪੰਜਾਬ ਸਰਕਾਰ ਇਹ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਹੈ ਇਹ ਕਿਸਾਨਾਂ ਦੇ ਨਹੀਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਲੁੱਟ ਹੋਈ ਜਾਂਦੀ ਹੈ ਦਿਨ ਤੇ ਰਾਤ ਨਰਮੇ ਦੀ ਵੀ ਲੁੱਟ ਹੋਈ ਜਾਂਦੀ ਹੈ ਜੀਰੀਆਂ ਦੀ ਵੀ ਲੁੱਟ ਹੋਈ ਜਾਂਦੀ ਹੈ ਜਦੋਂ ਕਿਸਾਨ ਜਥੇਬੰਦੀਆਂ ਨੇ ਆਗੂਆਂ ਨੇ ਪਿੰਡਾਂ ਦੇ ਵਿੱਚ ਪ੍ਰਚਾਰ ਚਲਾਏ ਤਾਂ ਲੋਕਾਂ ਨੂੰ ਜਗਾਇਆ ਲੋਕਾਂ ਦਾ ਜਾਗਣਾ ਬਹੁਤ ਹੀ ਠੀਕ ਹੈ ਜਦੋਂ ਲੋਕ ਸੜਕਾਂ ਤੇ ਆ ਗਏ ਤਾਂ ਹੁਣ ਸਰਕਾਰ ਡਰਾਮੇਬਾਜ਼ੀਆਂ ਕਰਦੀ ਹੈ ਹੁਣ ਸਰਕਾਰ ਕਹਿੰਦੀ ਹੈ ਅਸੀਂ ਸੋਡੇ ਹੈ ਅਸੀਂ ਕਰਜ਼ੇ ਵੀ ਖਤਮ ਕਰ ਦਿਆਂਗੇ ਇਹਨਾਂ ਨੇ ਕਰਜ਼ੇ ਵੀ ਨਹੀਂ ਖਤਮ ਕਰੇ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਦੇ ਝੂਠੇ ਵਾਅਦੇ ਹੈ 2022 ਦੇ ਵਿੱਚ ਜਿਹੜੀਆਂ ਵੋਟਾਂ ਨੇ ਇਹ ਵੋਟਾਂ ਆਈਆਂ ਨੇ ਇਹ ਇਹਨਾਂ ਦੇ ਵੋਟਾਂ ਬਾਜ਼ੀ ਡਰਾਮੇਬਾਜ਼ੀਆਂ ਚੱਲ ਰਹੀਆਂ ਇਹਨਾਂ ਦੇ ਵੋਟਾਂ ਪਿੱਛੇ ਹੀ ਲਾਲਾਂ ਡਿੱਗੀਆਂ ਹੋਈਆਂ ਇਹਨਾਂ ਨੂੰ ਕਿਸਾਨਾਂ ਦਾ ਕੋਈ ਦਰਦ ਨਹੀਂ ਵੀ ਇਹ ਸੜਕਾਂ 'ਤੇ ਬੈਠੇ ਹੈ ਹਲੇ ਵੀ ਕੇਂਦਰ ਦੀ ਸਰਕਾਰ ਨੂੰ ਕਹਿੰਦੇ ਹਾਂ ਵੀ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਹਾਂ ਹਲੇ ਵੀ ਕਿਸਾਨਾਂ ਦੀਆਂ ਸੁਣਨ ਇਹ ਸੰਘਰਸ਼ ਸਾਡੇ ਹੋਰ ਤਿੱਖੇ ਹੋਣਗੇ ਅਸੀਂ ਟਿਕ ਕੇ ਨਿਗਰਾਂ ਦੇ ਵਿੱਚ ਬੈਠਾਂਗੇ ਇਹ ਜਿਹੜੇ ਕਾਨੂੰਨ ਹੈ ਅਸੀਂ ਰੱਦ ਕਰਾ ਕੇ ਰਹਾਂਗੇ ਜੋ ਨਰਮੇ ਦੀ ਲੁੱਟ ਹੋ ਰਹੀ ਹੈ ਉਦੋਂ ਕਿੱਥੇ ਗਈ ਹੈ ਸਰਕਾਰ ਇੱਥੇ 44 ਸੌ ਨੂੰ ਨਰਮਾ ਚੱਕਿਆ ਜਾ ਰਿਹਾ ਲੁੱਟਿਆ ਜਾ ਰਿਹਾ ਸਰਕਾਰ ਦੇ ਨੁਮਾਇੰਦਾ ਕੋਈ ਪਹੁੰਚਦਾ ਇੱਥੇ ਮੰਡੀਆਂ 'ਚ ਕਦੇ ਗੇੜਿਆ ਮਾਰਿਆ ਇੱਥੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਮਜ਼ਦੂਰਾਂ ਨਾਲ ਧੱਕੇ ਹੋ ਰਹੇ ਹੈ ਆਈਏ ਸਰਕਾਰ ਕਹਿੰਦੇ ਕਦੇ ਨਹੀਂ ਆਉਂਦੀ ਇਹ ਲੱਕੜ ਦੇ ਮੁੰਡੇ ਬਸ ਏਸੀਆਂ 'ਚ ਬਹਿ ਕੇ ਦੇਣ ਜੋਗੇ ਨੇ ਸਰਕਾਰਾਂ ਨੂੰ ਇਹ ਬੇਨਤੀ ਹੈ ਵੀ ਆ ਕੇ ਮੰਡੀਆਂ 'ਚ ਦੇਖਣ ਕਿਸ ਤਰ੍ਹਾਂ ਕਿਸਾਨਾਂ ਦੀ ਲੁੱਟ ਹੋ ਰਹੀ